नाम दलवीर सिंह है, मैं हुशियारपुर फिट बाइकर क्लब नू बिलोंग करदा। मैं ऑन दी बिहाफ ऑफ फिट बाइकर क्लब पैरिस दे विच इक राइड सीगी जिहड़ी 1250 किलोमीटर दी राइड सी, 90 घंटियां च पूरी करनी सी। साढ़े पंजाब चो 11 जने असी गए सी, मैं 88.5 घंटे च पूरी कीती, जिहड़ी कि राइड फुल ऑफ एलिवेशन सीगी और बहुत ही चैलेंजिंग राइड सी, पर परमात्मा ने हाथ दे के रखिया, तुहाडे सारिआं दीआं दुआवां सीगीआं ताकि मैं राइड पूरी कर पाया। 1250 किलोमीटर एक लंबा जिहड़ा वड्डा पैड़ा सीगा, इक ते पैड़ा सीगा, 90 घंटे समय बहुत घट सीगा, कई तरह दे मुश्किलां वी सुभाविक आईआं बिलकुल होणगीआं जी, हर तरह दीआं मुश्किलां सी, चढ़ाई पहाड़ सीगा, सारा पहाड़ी रस्ता सी और हर चेक पॉइंट नूं समय रहिंदे पूरा करना जरूरी सीगा, और चलो परमात्मा ने दया रखी और कीता है और बहुत लाज रखी है। बहुत 3 दिन रोटी नहीं मिली इन्हां नूं, जिहड़े बाकी 11 जणे सीगे उहनां वल्लों वी कंप्लीट कीती गई राइड के कल्ला तुसीं वाले 11 नहीं? नहीं, इस तरह नहीं है। जलंधर दे मिस्टर नीतू चड्डा जिन्हां ने सब तो पहला कंप्लीट कीती, फिर साडे सीनियर राइडर मिस्टर हनीपिंडर उहनां ने ते कनवर गिल पटियाले तों उहनां ने पूरी कीती, तीजे नंबर ते मैं पूरी कीती, फिर गौरव वर्मा बसी पठाना तो उन्होंने की थी। जिहड़ी साइकलिंग दा समां सीगा ओह सिर्फ डे डे सीगा कि नाइट नूं वी? नहीं, दिन रात लगातार सीगा जी, 90 घंटे लगातार, और उहदे विच मतलब सब तो चैलेंजिंग पार्ट मेरे लिए इह सी कि आपां गुरु दे सिख हां, नॉन वेज नहीं खांदा मैं, रोटी पानी दा दिक्कत आउंदी सी। किस तरह फिर चैलेंज पूरे कीते आ, क्योंकि रोटी पानी दा वी सीगा? चलदा रहा इहदी फ्रूट्स दे सिर ते चलदा रहा, मेरे राइडर बड़ी बंटी भाजी जो कि दिन रात मेरे टच च रहे, मेनू पुछदे रहे। जिन्ने राइडर नाम ले ने वो सारे प्रोफेशनल राइडर ने, ਇਹਨਾਂ ਨੂੰ ਇੱਕ ਸਾਲ ਵੀ ਨਹੀਂ ਹੋਇਆ ਰਾਈਡ ਕਰਦਿਆਂ ਨੂੰ, ਔਰ ਪ੍ਰੋਫੈਸ਼ਨਲ ਰਾਈਡਰਾਂ ਦੀ ਮਤਲਬ 2 ਮਹੀਨੇ ਦੀ ਪ੍ਰੈਕਟਿਸ ਨਾਲ ਇਹਨਾਂ ਨੇ ਜਿਹੜੇ ਕਿ ਮਤਲਬ ਇੰਨੇ ਸਾਲ ਪੁਰਾਣੇ ਫਿਟ ਬਾਈਕਰ ਕਲੱਬ ਤੇ ਪੂਰੇ ਪਰਿਵਾਰ ਲਈ ਬਹੁਤ ਵੱਡੇ ਮਾਣ ਦੀ ਗੱਲ ਆ ਕਿ ਹੁਸ਼ਿਆਰਪੁਰ ਤੋਂ ਨਹੀਂ ਮਤਲਬ ਪਹਿਲੀ ਵਾਰੀ ਹੋਇਆ ਵੀ ਜਿਹੜਾ ਪੈਰਿਸ ਬਰੇਵੇ ਜਿਹੜਾ PBP ਜਿਹੜਾ ਇਵੈਂਟ ਫਰਾਂਸ 'ਚ ਹੁੰਦਾ ਹੈ, ਪਹਿਲੀ ਵਾਰੀ ਹੁਸ਼ਿਆਰਪੁਰ ਦਾ ਕੋਈ ਸ਼ਖਸ ਆ ਜਿਹਨੇ ਉਸ ਨੂੰ ਕੰਪਲੀਟ ਕੀਤਾ ਹੈ। ਔਰ ਦੋ ਤਿੰਨ ਇਹਦੀਆਂ ਖਾਸ ਖੂਬੀਆਂ ਇਹ ਹੈਗੀਆਂ, ਦੁਨੀਆ ਦਾ ਸਭ ਤੋਂ ਪੁਰਾਣਾ ਈਵੈਂਟ ਹੈ, 134 ਸਾਲ ਹੋ ਗਿਆ ਉਹਨੂੰ ਚੱਲਦੇ ਨੂੰ, ਹਰ ਸਾਲ ਪੂਰੀ ਦੁਨੀਆ ਤੋਂ ਹਜ਼ਾਰਾਂ ਹੀ ਜਿਹੜੇ ਸਾਈਕਲਿਸਟ ਹੈ ਉਸ ਈਵੈਂਟ 'ਚ ਪਾਰਟੀਸਪੇਟ ਕਰਦੇ ਆ, ਔਰ ਉਹਦੇ 'ਚ ਬੜਾ ਜਿਹੜਾ ਟੈਰੇਨਸ ਹੈ ਜਿਹੜਾ ਰਸਤਾ ਆ ਉਹ 'ਚ ਲੰਬੀਆਂ ਚੜ੍ਹਾਈਆਂ ਅਤੇ ਲੰਬੀਆਂ ਉਤਰਾਈਆਂ, ਕਈ ਬੜਾ ਔਖਾ ਜਿਹੜਾ ਉਹ ਰੂਟ ਹੈਗਾ ਜਿਸ 'ਚ ਪਹਾੜੀ ਇਲਾਕਾ, ਮੈਦਾਨੀ ਇਲਾਕਾ, ਜੰਗਲੀ ਇਲਾਕਾ, ਕੱਚੇ ਰਸਤੇ, ਹਰ ਤਰ੍ਹਾਂ ਦਾ ਰਸਤਾ ਜਿਹੜਾ ਉਹਦੇ ਵਿੱਚ ਹੈਗਾ, ਔਰ ਉਹ 1200 ਪਲੱਸ ਜਿਹੜਾ ਕਿਲੋਮੀਟਰ ਆ ਉਹਨੂੰ ਪੂਰਾ ਕਰਨ ਲਈ 90 ਘੰਟੇ ਦਾ ਟਾਈਮ ਹੁੰਦਾ, 90 ਘੰਟੇ ਤੱਕ ਜਿਹੜਾ ਵੀ ਫਿਨਿਸ਼ ਕਰ ਜਾਂਦਾ ਉਹ ਸਾਰੇ ਹੀ ਵਿਨਰ ਆ, ਸਭ ਨੂੰ ਮੈਡਲ ਦਿੱਤਾ ਜਾਂਦਾ, ਸਰਟੀਫਿਕੇਟ ਵੀ ਦਿੱਤਾ ਜਾਂਦਾ, ਔਰ ਬੜੇ ਔਖਾ ਕੰਮ ਹੈ ਜਿਹੜਾ ਵੀ ਇਸ ਈਵੈਂਟ 'ਚ ਪਾਰਟੀਸਪੇਟ ਕਰਨਾ, ਪਹਿਲਾਂ ਤਾਂ ਪ੍ਰੈਕਟਿਸ ਕਰਨੀ ਔਰ ਆਪਣੀ ਜੇਬ 'ਚੋਂ ਪੈਸੇ ਫੂਕ ਕੇ ਉੱਥੇ ਜਾਣਾ ਪੈਂਦਾ, ਕੋਈ ਸਪੌਂਸਰਸ਼ਿਪ ਨਹੀਂ ਹੁੰਦੀ, ਇਹ ਇੱਕ ਵੱਡਾ ਸਵਾਲ ਹੈ, ਇਹ 7-8 ਲੱਖ ਰੁਪਇਆ ਅਪਰੋਕਸੀਮੇਟਲੀ ਆਪਣੇ ਬਿਹਾਫ 'ਤੇ, ਔਰ ਇਹਨਾਂ ਦੀ ਜਿੱਤ ਜਿਹੜੀ ਆ ਉਹ ਅਲੱਗ ਹੈ, ਡਿਫਰੈਂਟ ਰੀਜ਼ਨ ਉਹਦੇ 2 ਵੱਡੇ ਆ ਜਿੱਦਾਂ ਵਿੱਚ ਇਹਨਾਂ ਨੇ ਦੱਸਿਆ ਜਾਂ ਪੂਰਾ ਨਹੀਂ ਅਜੇ ਕਲੀਅਰ ਕੀਤਾ ਉਹਨਾਂ ਨੇ, ਕਿਉਂਕਿ ਫੋਰਨ 'ਚ ਅਸੀਂ ਜਦੋਂ ਜਾਂਦੇ ਨਾ ਉੱਥੇ ਖਾਣ ਪੀਣ ਨੂੰ ਸਿਰਫ ਨੌਨ ਵੈਜ ਮਿਲਦਾ, ਇਹ ਅੰਮ੍ਰਿਤਧਾਰੀ ਨੇ ਇਹਨਾਂ ਨੇ ਕੁਛ ਉੱਥੇ ਖਾਣਾ ਪੀਣਾ ਸਭ ਤੋਂ ਵੱਡੀ ਜਿਹੜੀ ਇਹੀ ਤਕਲੀਫ ਹੁੰਦੀ ਖਾਣ ਪੀਣ ਦੀ, ਸੌਣ ਦਾ ਟਾਈਮ ਨਹੀਂ ਹੁੰਦਾ, ਔਰ ਲਿਕੁਇਡ ਦੇ ਉੱਤੇ ਰਹਿ ਕੇ 90 ਘੰਟੇ ਦੀ ਜਰਨੀ ਜਿਹੜੀ ਪੂਰੀ ਕਰਨੀ ਆਪਣੇ ਆਪ 'ਚ ਬਹੁਤ ਵੱਡੀ ਅਚੀਵਮੈਂਟ ਆ, ਔਰ ਪਹਿਲੀ ਅਟੈਂਪਟ ਵਿੱਚ, ਔਰ ਜਿਹੜਾ ਇਹਨਾਂ ਨੇ ਕੰਮ ਕਰਕੇ ਦਿਖਾਇਆ ਇਹ ਲਾਮਿਸਾਲ ਆ, ਬਾਕੀ ਜਿੰਨੇ ਵੀ ਜਿਨ੍ਹਾਂ ਨੇ ਕੰਪਲੀਟ ਕੀਤਾ ਜਿਹੜੇ 10-11 ਬੰਦਿਆਂ ਨਾਮ ਲੈ ਰਹੇ ਆ ਉਹਨਾਂ ਨੂੰ ਰਾਈਡ ਕਰਦਿਆਂ ਨੂੰ 8-8, 10-10 ਸਾਲ, 12-12 ਸਾਲ ਹੋ ਗਏ, ਸਾਨੂੰ ਪੂਰਾ ਯਾਦ ਆ ਜਦੋਂ ਸਾਡੇ ਗਰੁੱਪ 'ਚ ਇਹਨਾਂ ਨੇ ਜੁਆਇਨ ਕੀਤਾ ਸੀਗਾ ਇਹਨਾਂ ਕੋਲ ਦੇਸੀ ਜਿਹਾ ਸਾਈਕਲ ਹੁੰਦਾ ਸੀ, ਬੜੇ ਔਖੇ ਜਿਹਾ ਹੋ ਕੇ ਇਹਨਾਂ ਨੇ ਕੰਮ ਕਰਨਾ, ਲੇਕਿਨ ਇਹਨਾਂ ਦੀ ਡੈਡੀਕੇਸ਼ਨ ਜਿਹੜੀ ਹੈ, ਇੰਨੀ ਮਿਹਨਤ ਕੀਤੀ ਹੈ, ਲਗਨ ਸੀਗੀ, ਔਰ ਇਹਨਾਂ ਦੇ ਨਾਲ ਸਾਥੀ ਰਹੇ ਬੰਟੀ ਭਾਅ ਜੀ, ਇਹ ਦੋਨਾਂ ਨੇ ਰਲ ਕੇ ਜੋ ਲਾਸਟ ਜਿਹੜੀ ਪ੍ਰੈਕਟਿਸ ਕੀਤੀ ਹੈ ਪਿਛਲੇ ਈਵੈਂਟ ਤੋਂ ਪਹਿਲਾਂ 4-5 ਮਹੀਨੇ ਦੀ ਪ੍ਰੋਪਰ ਕੋਚਿੰਗ ਨਾਲ ਬੜੀ ਮਿਹਨਤ ਕੀਤੀ ਆ, ਇਹਦੇ ਵਾਸਤੇ ਬਹੁਤ ਹੀ ਵਧਾਈ ਦੇ ਪਾਤਰ ਨੇ, ਸਾਨੂੰ ਮਾਣ ਹੈ ਇਹਨਾਂ ਦੇ ਉੱਤੇ।